ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਅਰਸ਼ਪ੍ਰੀਤ ਕੌਰ ਹੈ, ਮੈਂ ਪੰਜਵੀਂ ਜਮਾਤ ਦੀ ਵਿਦਿਆਰਥਣ ਹਾਂ। ਮੈਂ ਤੁਹਾਡੇ ਸਾਹਮਣੇ ਇੱਕ ਕਹਾਣੀ ਪੇਸ਼ ਕਰਨ ਜਾ ਰਹੀ ਹਾਂ, ਜਿਸਦਾ ਨਾਮ ਹੈ ਟੱਪ ਦੀਆਂ ਜਰਾਬਾਂ। ਇੱਕ ਦਿਨ ਰਾਜਨ ਸਵੇਰੇ ਸਵੇਰੇ ਛੱਪੜ ਤੇ ਰੁਕ ਗਿਆ। ਛੱਪੜ ਦਾ ਠੰਡਾ ਠੰਡਾ ਪਾਣੀ ਉਸ ਨੂੰ ਬਹੁਤ ਪਸੰਦ ਹੈ। ਉਸ ਨੂੰ ਛੱਪੜ ਵਿੱਚ ਚੁੱਭੀਆਂ ਲਾਉਣਾ ਵਿੱਚ ਵੀ ਬੜਾ ਮਜ਼ਾ ਆਉਂਦਾ ਸੀ। ਰਾਜਨ ਨੇ ਬੂਟ ਤੇ ਜਰਾਬਾਂ ਉਤਾਰੀਆਂ ਤੇ ਇੱਕ ਪਾਸੇ ਰੱਖ ਦਿੱਤੀਆਂ। ਉਸ ਨੇ ਆਪਣੇ ਕੱਪੜੇ ਵੀ ਲਾ ਕੇ ਇੱਕ ਪਾਸੇ ਰੱਖ ਦਿੱਤੇ। ਉਹ ਪਾਣੀ ਵਿੱਚ ਪੈਰ ਪਾ ਕੇ ਛੱਪੜ ਦੇ ਕਿਨਾਰੇ ਬੈਠ ਗਿਆ। ਬਹੁਤ ਦੇਰ ਰਾਜਨ ਛੱਪੜ ਦੇ ਨਿੱਕੇ ਨਿੱਕੇ ਪੱਥਰ ਸੁੱਟਦਾ ਰਿਹਾ। ਉਸ ਨੂੰ ਪੱਥਰਾਂ ਨਾਲ ਛੱਪੜ ਵਿੱਚ ਬਣਨ ਵਾਲੇ ਗੋਲੇ ਵੀ ਪਸੰਦ ਸਨ। ਉਹ ਅਜਿਹੇ ਗੋਲੇ ਬਣਾਉਣ ਲਈ ਛੱਪੜ ਤੇ ਕਈ ਵਾਰ ਆਉਂਦਾ ਜਾਂਦਾ। ਰਾਜਨ ਦੀ ਨਿਗਾਹ ਛੱਪੜ ਵਿੱਚ ਮੱਛੀਆਂ ਤੇ ਪਈ। ਉਸ ਨੇ ਪੱਥਰ ਸੁੱਟਣੇ ਬੰਦ ਕਰ ਦਿੱਤੇ। ਰਾਜਨ ਧਿਆਨ ਨਾਲ ਮੱਛੀਆਂ ਨੂੰ ਵੇਖ ਲੱਗਾ। ਰਾਜਨ ਨੇ ਕਾਲੀ ਮੱਛੀ ਵੇਖੀ, ਰਾਜਨ ਨੇ ਸੁਨਹਿਰੀ ਮੱਛੀ ਵੇਖੀ, ਉਸ ਨੇ ਚਮਕੀਲੀ ਮੱਛੀ ਵੇਖੀ। ਧੰਨਵਾਦ।